ਕੀ ਕਹਿੰਦਾ ਬਾਈ ਗਾਲਾ ਕੱਢਦਾ ਗਾਲਾ ਕੱਢਦਾ ਬੜਾ ਭੈਣ ਚੋਦਾ ਢਿੱਡ ਲੁਕੋ ਪਹਿਲਾਂ ਕਹਿੰਦੇ ਠੇਕੇਦਾਰ ਜੀ ਤੁਹਾਨੂੰ ਠੇਕੇਦਾਰ ਕਿਉਂ ਕਿਹਾ ਜਾਂਦਾ ਹੈ ਹਾਂਜੀ ਠੇਕੇਦਾਰ ਤੁਹਾਨੂੰ ਕਿਉਂ ਕਿਹਾ ਜਾਂਦਾ ਹੈ ਬਸ ਨਾ ਪਤਾ ਜੀ ਕਿਉਂ ਨਹੀਂ ਕਹਿੰਦੇ ਵੀ ਮੁੰਡਾ ਬ੍ਰਾਂਡ ਬੈਸਟ A6 ਦਾ ਐਡਾਸ ਦਾ ਨਾਈਕੀ ਦਾ ਕਲੋਜ਼ ਫਾਈਟਰ ਕਹਿੰਦੇ ਹੁਣ ਕਲੋਜ਼ ਫਾਈਟਰ ਨਹੀਂ ਮੈਂ ਕਹਿ ਰਿਹਾ ਵੀ A6 ਨਾਈਕੀ ਦਾ ਬ੍ਰਾਂਡ ਬੈਸਟ ਹੈ ਮੁੰਡਾ ਕਹਿੰਦੇ ਉਹ ਫੇ ਮੰਗਣ ਨਾ ਨਾ ਲੋਕ ਮੰਗਦੇ ਬਹੁਤ ਨਾਲ ਦੇ ਲਿਆ ਕੇ ਦੋ ਯਾਰ ਕਈ ਪਲੇਅਰ ਰੱਖਦੇ ਆ ਕਈ ਰੱਖਦੇ ਆ ਪੂਰਾ ਵੀ ਸਾਡੀ ਸੇਵਾ ਪਾਣੀ ਭਈਆ ਆਪਣੀ ਡਿਮਾਂਡ ਦਾ ਕੋਈ ਨਹੀਂ ਹੁੰਦੀ ਜੋ ਕੁਛ ਆ ਗਿਆ ਖਾ ਲਓ ਫਿਰ ਵੀ ਹੁੰਦਾ ਤਾਂ ਯਾਰ ਆ ਲਿਆ ਕੇ ਦਿਓ ਨਹੀਂ ਵੀਰੇ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਜਿੱਦਾਂ ਦਾ ਮਿਲ ਗਿਆ ਖਾਣ ਨੂੰ ਮਿਲ ਗਿਆ ਸੌਣ ਨੂੰ ਮਿਲ ਗਿਆ ਸੌਂ ਜੋ ਆਰਾਮ ਨਾਲ ਕਿਉਂਕਿ ਆਪਾਂ ਕਦੀ ਕਿਤੇ ਜਾਣਾ ਖੇਡਣ ਕਦੀ ਕਿਤੇ ਜਾਣਾ ਜਿੱਦਾਂ ਦਾ ਮਾਹੌਲ ਆ ਉਦਾਂ ਦਾ ਹੀ ਬਣ ਜਾਓ ਕਦੇ ਹੋਇਆ ਤੁਹਾਡੇ ਨਾਲ ਵੀ ਇਦਾਂ ਤੁਸੀਂ ਡਿਮਾਂਡ ਰੱਖੀ ਹੋਵੇ ਸਾਹਮਣੇ ਨਾ ਆਈ ਹੋਵੇ ਫਿਰ ਟੀਮ ਹਰਵਾਤੀ ਹੋਵੇ ਨਹੀਂ ਨਹੀਂ ਡਿਮਾਂਡ ਦਾ ਤਾਂ ਕੋਈ ਚੱਕਰ ਨਹੀਂ ਡਿਮਾਂਡ ਵਾਲਾ ਦਾ ਬਸ ਆਪਣਾ ਬੰਦਾ ਹੈਗਾ ਇੱਕ ਵਿੱਚ ਉਹਨੂੰ ਹੋਰ ਕੁਛ ਨਹੀਂ ਚਾਹੀਦਾ ਉਹਨੂੰ ਬਸ ਥੋੜ੍ਹਾ ਜਿਹਾ ਪ੍ਰੋਫੈਸ਼ਨ ਤੌਰ ਤੇ ਜਲਦਾ ਸਵੇਰੇ ਮੈਨੂੰ ਉੱਠਦੇ ਸਾਰ ਬ੍ਰਾਂਡ ਬੰਦਾ ਆ ਬ੍ਰਾਂਡ ਗੱਲ ਕੀ ਦੀ ਹੋ ਰਹੀ ਦੱਸ ਦੋ ਦੱਸਦੇ ਆ ਨਾਗਾ ਥੋੜਾ ਠੇਕੇਦਾਰ ਉਹ ਥੋੜਾ ਬ੍ਰਾਂਡਡ ਪਲੇਅਰ ਆ ਉਹ ਜਦੋਂ ਆਪਾਂ ਗਰਾਊਂਡ ਚ ਆ ਗਏ ਉਹਨੇ ਜਾਣ ਮੁੱਝ ਕੇ A6 ਪਾਈ ਹੈ ਵੀਰੇ ਇਹ ਗੱਲ ਰਵੀ ਰਵੀ ਨੂਰਪੁਰ ਬੇੜ ਦੀ ਹੋ ਰਹੀ ਹੈ ਨਹੀਂ ਇੱਕ ਨਾ ਚਾਹ ਹੁੰਦਾ ਪਤਾ ਕੀ ਗੱਲ ਹੁੰਦੀ ਹੈ ਜੋ ਚੀਜ਼ ਮੈਂ ਵੀ ਕਈ ਵਾਰ ਦੇਖਦਾ ਮੇਰੇ ਨਾਲ ਕਈ ਵਾਰ ਮੈਂ ਪਾਇਆ ਹੋਣਾ ਵਧੀਆ ਜਿਨ੍ਹਾਂ ਨਾਲ ਤੁਸੀਂ ਕਾਫੀ ਸਮਾਂ ਹੰਡਾਇਆ ਹੁੰਦਾ ਨਾ ਜਿਨ੍ਹਾਂ ਨੇ ਤੁਹਾਨੂੰ ਮਾੜੇ ਸਮੇਂ 'ਚ ਦੇਖਿਆ ਹੁੰਦਾ ਫਿਰ ਬੰਦਾ ਕਹਿੰਦਾ ਆ ਦੇਖੋ ਅੱਜ ਮੈਂ ਲੈ ਲਿਆ ਉਹ ਚਾਹ ਨਾਲ ਦਿਖਾਉਂਦਾ ਇਹੀ ਗੱਲ ਹੈ ਕਿ ਮੈਂ ਸਹੀ ਕਵਰ ਕਰ ਗਿਆ ਨਾ ਗੱਲ ਨੂੰ ਬਿਲਕੁਲ ਕਵਰ ਕਰ ਨਾਲੇ ਸਵੇਰੇ ਸਵੇਰੇ ਉੱਠਦੇ ਸਾਰੀ ਕਹਿੰਦਾ ਹੁੰਦਾ ਹਾਫ ਫਰਾਈ ਲਿਆ ਦਿਓ ਇੱਕ ਬਸ ਐਗ ਹਾਫ ਫਰਾਈ ਐਗ ਹਾਫ ਫਰਾਈ ਲਿਆ ਦਿਓ ਬਸ ਮੈਨੂੰ ਤੇ ਫਿਰ ਪਹੁੰਚਦੀ ਹੈ ਬਿਲਕੁਲ ਜੀ ਉਹਦੀ ਆਵਾਜ਼ ਤੇ ਤਾਂ ਸਭ ਕੁਝ ਆ ਜਾਂਦਾ ਮੈਂ ਸੁੱਖੀ ਨੂੰ ਪੁੱਛਿਆ ਟੀਮ ਨੇ ਪੁੱਛਿਆ ਸੈਨਪਾਲ ਨੇ ਵੀ ਤੁਸੀਂ ਕੀ ਖਾਓਗੇ ਕਹਿੰਦਾ ਮੈਨੂੰ ਕੱਚੀ ਲੱਸੀ ਪਿਆ ਦਿਓ ਕੱਚੀ ਲੱਸੀ ਤਾਂ ਵੀਰੇ ਹੁਣ ਕਿਉਂਕਿ ਗਰਮੀ ਆ ਗਈ ਆ ਹੁਣ ਕਿਉਂਕਿ ਜ਼ੋਰ ਵੀ ਵੱਧ ਲੱਗਦਾ ਆ ਗਰਮੀ ਦੇ ਕੋਈ ਚੱਕਰ ਨਹੀਂ ਬੋਲਿਆ ਗਿਆ ਸੀਗਾ ਉਹ ਵੀ ਕਹਿ ਰਿਹਾ ਨਹੀਂ ਮਿਲਿਆ ਕਿਹੜਾ ਕੱਪ ਸੀਗਾ ਉਹ ਕਿੱਥੋਂ ਦੇ ਸਪਾਂਸਰ ਜੇ ਗੱਲ ਗਈ ਤਾਂ ਪ੍ਰਮੋਟਰ ਸੀ ਕਿੱਥੋਂ ਦੇ ਸੀਗੇ ਚਲੋ ਉਹ ਤਾਂ ਹੁਣ ਚਲੋ ਕੀ ਨਾਮ ਕੀ ਲੈਣਾ ਉਹ ਤਾਂ ਪਤਾ ਤੁਹਾਨੂੰ ਪਤਾ ਲੱਗ ਗਿਆ ਇੰਟਰਵਿਊ ਉਹਨਾਂ ਨੇ ਲਾਜ਼ਮੀ ਦੇਖ ਲੈਣਾ ਉਹਨਾਂ ਨੂੰ ਪਤਾ ਲੱਗ ਜਾਣਾ ਉਹ ਤਾਂ ਚਲੋ ਲੱਗ ਹੀ ਜਾਂਦਾ ਕੋਈ ਗੱਲ ਨਹੀਂ ਪਤਾ ਫਿਰ ਫਿਰ ਵੀ ਇੰਨਾ ਟਾਈਮ ਹੋ ਗਿਆ ਚਲੋ ਕੋਈ ਗੱਲ ਨਹੀਂ ਜਦੋਂ ਦੇ ਦੇਣਗੇ ਨਹੀਂ ਤਾਂ ਨਾ ਸੀ ਸੁਖੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਸਨਮਾਨ ਬੋਲ ਦਿੰਦੇ ਆ ਮੁੜ ਕੇ ਸਨਮਾਨ ਮਿਲਦਾ ਨਹੀਂ ਕੁਛ ਕਹਿਣਾ ਚਾਹੋਗੇ ਉਹਦੇ ਬਾਰੇ ਮੈਂ ਤਾਂ ਬਈ ਕੁਛ ਨਹੀਂ ਕਹਿਣਾ ਚਾਹੁੰਦਾ ਨਾ ਤਾਂ ਇਹਦੇ ਨਾਲੋਂ ਬੁਲਾਇਆ ਨਾ ਕਰੋ ਜਾਂ ਫਿਰ ਜਦੋਂ ਬੋਲਿਆ ਤਾਂ ਉਹਨੂੰ ਪੂਰਾ ਕਰਿਆ ਕਰੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕੁਛ ਲੋਕ ਨਾਮ ਬੁਲਵਾਉਣ ਦੇ ਲਈ ਸਿਰਫ ਮੇਰਾ ਨਾਮ ਬੋਲਿਆ ਜਾਵੇ ਉਹਦੇ ਲਈ ਕਹਿ ਦਿੰਦੇ ਆ ਪਰ ਜਦੋਂ ਉਹਨਾਂ ਨੂੰ ਵਾਰੀ ਆਉਂਦੀ ਸਨਮਾਨ ਦੇਣ ਦੀ ਤਾਂ ਉਹ ਪਿੱਛੇ ਹਟ ਜਾਂਦੇ ਆ ਲਾਰਾ ਲੱਗ ਜਾਂਦਾ ਲੋਕਡਾਊਨ ਆ ਗਿਆ ਟੂਰਨਾਮੈਂਟ ਵਾਲੇ ਹੋ ਨਹੀਂ ਰਹੇ ਕਿਸੇ ਵੱਡੇ ਕੱਪ 'ਤੇ ਕਰਾਂਗੇ ਕੋਈ ਇਹੋ ਜਿਹੇ ਬਹਾਨੇ ਚੱਲਦੇ ਆ ਫਿਰ ਰੀਜ਼ਨ ਤਾਂ ਇਹੀ ਹੁੰਦਾ ਆ ਵੀ ਯਾਨੀ ਕਿ ਮੇਰਾ ਆਪਣਾ ਟੂਰਨਾਮੈਂਟ ਹਲੇ ਰੁਕਿਆ ਹੋਇਆ ਆਪਾਂ ਹਲੇ ਟੂਰਨਾਮੈਂਟ ਕਰਾਵਾਂਗੇ ਆਪਦੇ ਟੂਰਨਾਮੈਂਟ 'ਤੇ ਹੀ ਦੇਵਾਂਗੇ ਜਾਂ ਹੁਣ ਉਹਨਾਂ ਨੇ ਦੂਜਿਆਂ ਨੇ ਟੂਰਨਾਮੈਂਟ ਕਰਾਉਣਾ ਆਪਣੇ ਵਿਹਲੀ ਆ ਉਹਦੇ ਟੂਰਨਾਮੈਂਟ 'ਤੇ ਕਰਾਉਣਾ ਆ ਅਤੇ ਉੱਥੇ ਕਰਾਂਗੇ ਯਾਨੀ ਕਿ ਉਹ ਹਲੇ ਹੋਇਆ ਨਹੀਂਗਾ ਬਸ ਆਹੀ ਰੀਜ਼ਨ ਹੁੰਦਾ ਹੋਰ ਤਾਂ ਕੁਛ ਨਹੀਂ ਹੁੰਦਾ ਖਾਮੀਆਂ ਬੜੀਆਂ ਨੇ ਚੱਲਦੀਆਂ ਨੇ ਨਾ ਹੁਣ ਜਿਵੇਂ ਜਿਵੇਂ ਕ੍ਰਿਕਟ ਉੱਪਰ ਆ ਰਹੀ ਹੈ ਕਮੀਆਂ ਵੀ ਆ ਹੀ ਰਹੀਆਂ ਸਾਹਮਣੇ ਉਦੋਂ ਆਪਣੀ ਗੱਲ ਹੋਈ ਕਰ ਕਰਕੇ ਥੋੜ੍ਹੇ ਬਿਜ਼ੀ ਹੋਏ ਨੇ ਤਾਂ ਕਰਕੇ ਉਹ ਖੇਡਦੇ ਘੱਟ ਆ ਹੁਣ ਅੱਗੇ ਕੋਈ ਆਉਣ ਵਾਲੇ ਟਾਈਮ 'ਚ ਕੋਈ ਸਨਮਾਨ ਹੈਗਾ ਤੁਹਾਡਾ ਸਨਮਾਨ ਤਾਂ ਚਲੋ ਹੁਣ ਛੱਡੋ ਕੀ ਗੱਲ ਕਰਨੀ ਅਸੀਂ ਤਾਂ ਪਿਛਲੇ ਹੀ ਨਹੀਂ ਮਿਲੇ ਹੈਗੇ ਇਹ ਗੱਲ 'ਚ ਗੱਲ ਘੁੰਮਾ ਕੇ ਮੈਂ ਆਉਣਾ ਚਾਹੁੰਦਾ ਸੀਗਾ ਪਿਛਲੇ ਕਿਹੜੇ ਨਹੀਂ ਮਿਲੇ ਉਹ ਦੇਖੋ ਚਲੋ ਕੋਈ ਗੱਲ ਨਹੀਂ ਜਦੋਂ ਦੇਣਾ ਹੋਊਗਾ ਦੇ ਦੇਣਗੇ ਕੋਈ ਚੱਕਰ ਨਹੀਂ ਬੋਲਿਆ ਗਿਆ ਸੀਗਾ ਉਹ ਵੀ ਕਹਿ ਰਿਹਾ ਨਹੀਂ ਮਿਲਿਆ ਕਿਹੜਾ ਕੱਪ ਸੀਗਾ ਉਹ ਕਿੱਥੋਂ ਦੇ ਟਿਲਟਡ ਹੁੰਦੇ ਆ ਵੀ ਸੋਚਦੇ ਕੁਛ ਕੱਟੀਏ ਨਾ ਨਹੀਂ ਬਾਈ ਕੀ ਕਹਿੰਦਾ ਬਾਈ ਗਾਲਾ ਕੱਢਦਾ ਦੁਬਾਰੇ 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 ਆਪਾਂ ਬੀਪ ਲਾ ਦਾਂਗੇ ਬੀਪ ਲਾ ਦਾਂਗੇ ਬੀਪ ਲਾ ਦਾਂਗੇ ਗਾਲਾ ਕੱਢਦਾ ਬੜਾ ਭੈਣ ਚੋਦਾ ਇਹ ਹੁਣ ਬੀਪ ਲਾਉਣਾ ਨੀਗਾ ਇਹ ਹੁਣ ਮੈਂ ਬੀਪ ਲਾਉਣਾ ਨੀਗਾ ਪਿੱਛੇ ਸੁਣੀ ਜਾਂਦਾ ਸਾਰਾ ਕੁਛ ਓਕੇ ਚਲੋ ਇਹ ਗੱਲਾਂ ਬਾਤਾਂ ਨਾ ਮੈਨੂੰ